ਲਾਲਜੀਤ ਜੀ ਜਿਹੜੇ ਸਾਡੇ ਕਬੂਤਰ ਖਿਡਾਰੀ ਵੀ ਹਮਾਰੇ ਕੋਲ ਆਏ ਹੋਏ ਆ ਤੇ ਸਾਡੀ ਸਹਿਯੋਗੀ ਬਹੁਤ ਮੀਟਿੰਗ ਦਿੰਦੇ ਆ ਹਰ ਸਾਲ ਇਹ ਉਹਨਾਂ ਦੀ ਬਦੌਲਤ ਹੀ ਸਾਡਾ ਜਿਹੜਾ ਸ਼ੋਅ ਵੀ ਹੁੰਦਾ ਵਾ ਐਨਆਰਆਈ ਜਦੋਂ ਮੈਂ ਸਾਡੀ ਸ਼ੋਅ ਕਰਦੇ ਆ ਐਨਆਰਆਈ ਨੇ ਹੈਲਪ ਆ ਸਾਨੂੰ ਤੇ ਅਸੀਂ ਇਹਨਾਂ ਕਰਕੇ ਸ਼ੋਅ ਕਰਾਉਂਦੇ ਹਾਂ ਤੇ ਇਹ ਸ਼ੋਅ ਦੇ ਵਿੱਚ ਪ੍ਰਾਈਜ਼ ਸ਼ਿਪਿੰਗ ਅਸੀਂ ਕਰ ਰਹੇ ਹਾਂ ਲਓ ਹੁਣ ਅਸੀਂ ਥੋੜੇ ਚਿਰ ਜੀ ਪ੍ਰਾਈਜ਼ ਸ਼ਿਪਿੰਗ ਕਰ ਰਹੇ ਹਾਂ ਪਹਿਲਾਂ ਤਾਂ ਮੇਨ ਜਿਹੜੇ ਸਾਡੇ ਜੱਜ ਆ ਉਹਨਾਂ ਨੂੰ ਸਨਮਾਨਿਤ ਕਰਨਗੇ ਮਨਜੀਤ ਸਿੰਘ ਸੋਢੀ ਨੂੰ ਤੇ ਸਰਦਾਰ ਕਰਮ ਸਿੰਘ ਜੀ ਨੂੰ ਉਹ ਜੱਜਾਂ ਨੂੰ ਸਨਮਾਨਿਤ ਅਸੀਂ ਕਰਨਾ ਪਹਿਲਾਂ ਜਿਹੜੇ ਅੰਮ੍ਰਿਤਸਰ ਦੇ ਪ੍ਰਧਾਨ ਜੀ ਆਏ ਉਹਨਾਂ ਨੂੰ ਤੇ ਹਰੀਕ ਸਿੰਘ ਨੂੰ ਤੇ ਨਿੰਦੀ ਨੂੰ ਮੇਰੇ ਵਿੱਚ ਨੂੰ ਜਿਹਦਾ ਨਾਮ ਬੋਲੀ ਦਾ ਅੱਗੇ ਆਈ ਆਈ ਲਾਗੂ ਕੇਂਦਰ ਆਏ ਮੇਰੇ ਅੱਗੇ ਲਓ ਜੀ ਪਹਿਲੇ ਪਹਿਲੇ ਸਰਦਾਰ ਕਰਮ ਸਿੰਘ ਜੀ ਚੀਫ ਜੱਜ ਸਾਡੇ ਵਿੱਚ ਆਏ ਉਹਨਾਂ ਨੂੰ ਸਨਮਾਨ ਕੀਤਾ ਗਿਆ ਚੀਫ ਜੱਜ ਸਰਦਾਰ ਕਰਮ ਸਿੰਘ ਰਜਿੰਦਰ ਬੇਰੀ ਜੀ ਪਹੁੰਚਦਾ ਉਹਨਾਂ ਦਾ ਰਜੀ ਆਇਆ ਕਹਿੰਦਾ ਰਜਿੰਦਰ ਬੇਰੀ ਸਾਡੇ ਯੂਵਾ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ ਉਹਨਾਂ ਦਾ ਰਜੀ ਆਇਆ ਕਹਿੰਦਾ ਉਹ ਸਾਡੇ ਵਿੱਚ ਆਏ ਚਲਦੇ ਆਓ ਗਰੀ ਭਾਈ ਉਹ ਲੈ ਲਓ ਲਓ ਜੀ ਸਾਡੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਿੰਦਰ ਬੇਰੀ ਜੀ ਸਾਡੇ ਸਮਾਨ ਗਏ ਜੀ ਆਏ ਗਏ ਨੇ ਲਓ ਜੀ ਪ੍ਰਾਈਮ ਮਿਨਿਸਟਰ ਬਣੇ ਪਹਿਲਾਂ ਸਰਦਾਰ ਕਰਮ ਸਿੰਘ ਜੀ ਨੂੰ ਸਨਮਾਨ ਕਰੋਗੇ ਸਾਡੇ ਲਾਲਦੀਪ ਜੀ ਦੇ ਜਿੰਦਰ ਬੇਰੀ ਜੀ ਦੇ ਆਪਣੇ ਜੀ ਆਪਣੇ ਭਾਈ ਆਏ ਹੋਣਗੇ ਸਰਦਾਰ ਕਰਮ ਸਿੰਘ ਜੀ ਜਿਹੜੇ ਚੀਫ ਜੱਜ ਜਸੇ ਕੈਮਰਾ ਕਿੱਥੇ ਤੇਰੇ ਕੋਲ ਇੱਕ ਮਿੰਟ ਆ ਪੜ ਇਹਨਾਂ ਮੂਵੀ ਬਣਾ ਮੂਵੀ ਬਣਾਉਂਦਾ ਮੂਵੀ ਬਣਦੀ ਵੇ ਇੱਧਰ ਫੋਟੋ ਬਣਾ ਫੋਟੋ ਵਾਲਾ ਕਿੱਥੇ ਕੈਮਰਾ ਕਿੱਥੇ ਹਲਾ ਫੜ ਆਹੀ ਆ ਨੰਬਰ ਆਫ ਥਿੰਗਸ ਆਈ ਕਾਂਟ ਕੈਰੀ ਆ ਗਈ ਆਈ ਆ ਗਈ ਲੋ ਜੀ ਦੂਸਰੇ ਚੀਫ ਜੱਜ ਸਰ ਜੀ ਹਮ ਲੋਕ ਸਾਹਿਬ ਕੋ ਜੈ ਚੀਫ ਜੱਜ ਜੀ ਲੋ ਇਹ ਤਾਂ ਖਤਮ ਨਹੀਂ ਕਰਦਾ ਇਧਰਲੀ ਸਾਈਡ ਆਇਓ ਨਾ ਲਓ ਜੀ ਉਸ ਤੋਂ ਬਾਅਦ ਜੱਜ ਜਿਹੜੇ ਮਨਜੀਤ ਸਿੰਘ ਸੋਢੀ ਫਗਵਾੜੇ ਤੋਂ ਮੇਰਾ ਨਾਮ ਨਾ ਲਈਏ ਜੱਜ ਮਨਜੀਤ ਸਿੰਘ ਸੋਢੀ ਫਗਵਾੜੇ ਤੋਂ ਸਾਡੇ ਜੱਜ ਸੀਨੀਅਰ ਕਬੂਤਰ ਖਿਡਾਰੀ ਸਾਡੀ ਵੀ ਨਾਲ ਹੋਇਓ ਉਸ ਤੋਂ ਬਾਅਦ ਮਨਜੀਤ ਸਿੰਘ ਜੱਜ ਉਸ ਤੋਂ ਬਾਅਦ ਨਰਿੰਦਰ ਸਿੰਘ ਜੀ ਜੱਜ ਉਸ ਤੋਂ ਬਾਅਦ ਸਾਡੇ ਰਾਜਕੁਮਾਰ ਜੀ ਅੰਮ੍ਰਿਤਸਰ ਤੋਂ ਜੱਜ ਭਾਈ ਮੰਦੇ ਹੀ ਆ ਜਾ ਹੱਥ ਮਿਲਾ ਲਾ ਫੋਟੋਆਂ ਖਿਚਾ ਲਾ ਕੀ ਬੜਾ ਪਤਾ
ਪੰਜ ਆਊਟ ਹੋ ਗਏ ਕਿੰਨੀਆਂ ਦੇ 108 ਉਹ ਤਾਂ ਮੈਨੂੰ ਪਤਾ ਹੀ ਆ ਕੌਣ ਇੱਧਰ ਦੇਖਿਓ ਜੀ ਇੱਧਰ Thank you.
ਛੋਟਾ ਇਧਰ ਲੋ ਜੀ ਚਾਰ ਜੋੜੇ ਜਿਹਨੇ ਦਿਖਾਈ ਸੀ ਇੱਕੋ ਸਿੱਖ ਸੀਗਾ ਇੱਕੋ ਟ੍ਰੇਨ ਦੇ ਚਾਰ ਜੋੜੇ ਦਿਖਾਏ ਆ ਉਹ ਮੇਰੇ ਬੇਟੇ ਜਸਕਰਨ ਨੇ ਮੇਰੀ ਜਗ੍ਹਾ ਉਹ ਸਾਹਮਣੇ ਗੱਲ ਜਸਕਰਨ ਕਲੇਮ ਜਿਹੜਾ ਮੇਰਾ ਬੇਟਾ ਉਹਨੇ ਇੱਕੋ ਰਾਤ ਚਾਰ ਜੋੜੇ ਦਿਖਾ ਕੇ ਟ੍ਰੇਨ ਦਿੱਤੇ ਆ ਜੰਗਲੀ ਕਬੂਤਰ ਆ ਕਬੂਤਰਾਂ ਦਾ ਬੱਚਿਆਂ ਦਾ ਪ੍ਰੀ ਸ਼ੋਅ ਅਸੀਂ ਪਹਿਲੀ ਵਾਰੀ ਕੀਤਾ ਸੀ ਪਹਿਲੀ ਵਾਰੀ ਆ ਕੇ ਕਬੂਤਰਾਂ ਦਾ ਬੱਚਿਆਂ ਦਾ ਪ੍ਰੀ ਸ਼ੋਅ ਹੋਇਆ ਉਹ ਵੀ ਅਸੀਂ ਇਹਨਾਂ ਦੇ ਦਬਾਅ ਇਹਨੇ ਸਰੀਰ ਦੇ ਬੱਚੇ ਬਣਾਏ ਸੀ ਉਹ ਵੀ ਮੇਰੇ ਬੇਟੇ ਨੇ ਜਸਕਰ ਨੇ ਦਿਖਾਇਆ ਅੱਠ ਬੱਚੇ ਇੱਕੋ ਨਸਲ ਦੇ ਇੱਕੋ ਟ੍ਰੇਨ ਇੱਕੋ ਟ੍ਰੇਨ ਜਸਕਰ ਨੇ ਅੱਠ ਬੱਚੇ ਦਿਖਾਏ ਅੱਠ ਬੱਚੇ ਇੱਕੋ ਟ੍ਰੇਨ ਦੇ ਜਸਕਰ ਨੇ ਦਿਖਾਏ ਉਹ ਇੱਕੋ ਇਹਨੇ ਮੈਚ ਜਿੱਤਿਆ ਜਸਕਰ ਨੇ ਔਰ ਉਸ ਤੋਂ ਬਾਅਦ ਅਸੀਂ ਹੁਣ ਜਿਹੜੇ ਸਤਪਾਲ ਗੋਰੀ ਨੂੰ ਬੁਲਾ ਰਹੇ ਹਾਂ ਉਹਨਾਂ ਨੂੰ ਸਨਮਾਨ ਕੀਤਾ ਜਾਊਗਾ ਸਤਪਾਲ ਗੋਰੀ ਜੀ ਉਸ ਤੋਂ ਬਾਅਦ ਪਿੰਕਾ ਜੀ ਆਏ ਮੇਰੇ ਕੋਲ ਪਿੰਕਾ ਜੀ ਬਸਤੀ ਤੋਂ ਉਸ ਤੋਂ ਬਾਅਦ ਰਾਜੂ ਨਿੱਕੂ ਟਿੱਕੀ ਜਿਨ੍ਹਾਂ ਨੇ ਅੱਜ ਸਾਡੀ ਲੰਗਰ ਦੀ ਸੇਵਾ ਕੀਤੀ ਜਿਨ੍ਹਾਂ ਨੇ ਸਾਡੀ ਲੰਗਰ ਦੀ ਸੇਵਾ ਕੀਤੀ ਹਲੇ ਫਰੀਦੀ ਖੜਾ ਵਾ ਤੇ ਮੈਂ ਸਭਾ ਖੜਾ ਵਾ ਲੰਮੇ ਪਾਣੀ ਵਾ ਦੋਨੋਂ ਥੋੜਾ ਪਿੱਛੇ ਬਸ ਲੋਕੇ ਤੋਂ ਮੇਰਾ ਸ਼ਰੀਰ ਪਾਤਾ ਲੋਕੇ ਤੋਂ ਆਏ ਹੋਏ ਲੋਕੇ ਤੋਂ ਓਏ ਇੱਕ ਮਨਜੀਤ ਸਿੰਘ ਬਿੱਲਾ ਮਨਜੀਤ ਸਿੰਘ ਬਿੱਲਾ ਗਰਮੀ ਨੇ ਥੋੜਾ ਹਿੱਲਾ ਇੱਕ ਮੇਰਾ ਭਰਾ ਰਵਿੰਦਰ ਮੇਰੇ ਕੋਲ ਆਇਆ ਮਿੰਦਰ ਸਿੰਘ ਦਾ ਨਾਮ ਮਿੰਦਰ 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 ਅਰਮਜੀਤ ਲੁਧਿਆਣੇ ਤੋਂ ਉਹ ਵੀ ਆਏ ਮੇਰੇ ਕੋਲ ਅਰਮਜੀਤ ਲੁਧਿਆਣੇ ਵਾਲੇ ਅਰਮਜੀਤ ਲੁਧਿਆਣੇ ਵਾਲੇ ਓਏ ਇੱਧਰ ਇੱਧਰੋ ਇੱਧਰ ਦੇਖਿਓ
ਮੈਂ ਸਾਰਿਆਂ ਦਾ ਜੀ ਆਇਆ ਕਹਿੰਦਾ ਔਰ ਜੇ ਮੇਰੇ ਕੋਲ ਕੋਈ ਗਲਤੀ ਹੋ ਜਾਵੇ ਸਾਰੇ ਪ੍ਰਧਾਨ ਦੁੱਖੀ ਕਰਿਆ ਨੂੰ ਸ਼ਿਵਾ ਚੰਦ ਜੀ ਹੈਗੇ ਸਾਡੇ ਉਹਨਾਂ ਨੂੰ ਸਨਮਾਨਿਤ ਕਰਨਾ ਸ਼ਿਵਾ ਚੰਦ ਨੂੰ ਸਾਰੇ ਪੜੋਗੇ ਸਾਡੀ ਸੰਸਥਾ ਇਹ ਹਰ ਸਾਲ ਟੂਰਨਾਮੈਂਟ ਕਰਨ ਦਾ ਰੁਕਿਆ 50 ਸਾਲ ਹੋ ਰਿਹਾ ਸਾਡੀ ਇਹ ਸੰਸਥਾ ਇਕੱਲੀ ਆਪ ਹੀ ਖਰਚਾ ਕਰਦੀ ਹੈ ਕੋਈ ਦੂਸਰੇ ਦੀ ਹੈਲਪ ਕਰਦੀ ਜੋ ਕੋਈ ਹੈਲਪ ਤੁਸੀਂ ਸਾਡੀ ਸੰਸਥਾ ਨੂੰ ਪੈਸਾ ਦੇ ਐਮਪੀ ਸਾਹਿਬ ਲੈ ਆਏ ਜ਼ਰੂਰੀ ਹੈ ਕੋਈ ਗੱਲ ਨਹੀਂ ਮੇਰੀ ਭਾਈ ਗੋਕਰ ਕੇ ਜੋ ਵੀ ਭਾਈ ਗੱਜ ਕੇ ਜੋ ਸਾਡੇ ਨਾਲ ਕੋਈ ਚੁੱਕਾ ਨਹੀਂ ਆਹ ਹੁਣ ਲੱਗ ਗਈ ਥੈਂਕ ਯੂ ਮੇਰੀ ਭਾਈ ਤੇ ਲਾਭਜੀਤ ਜੀ ਤੁਸੀਂ ਸਾਡੀ ਸੰਸਥਾ ਨੂੰ ਕੋਈ ਹੈਲਪ ਲਓ ਜੀ ਲਾਭਜੀਤ ਨੇ ਸਾਡੀ ਸੰਸਥਾ ਨੂੰ ਪਹਿਲਾਂ ਤਾਂ ਸਾਰੇ ਤਾੜੀਆਂ ਮਾਰੀਆਂ ਉਹਨਾਂ ਨੂੰ ਹੈਲਪ ਕੀਤੀ ਸਾਡੀ ਬਾਕੀ ਕਿਸੇ ਨੇ ਕੀਤੀ ਲਾਭਜੀਤ ਜੀ ਨੇ 11,000 ਰੁਪਇਆ ਦੇ ਕੇ ਸਾਡੀ ਸੰਸਥਾ ਨੂੰ ਸਨਮਾਨ ਕੀਤਾ ਪਹਿਲਾਂ ਸਾਰੇ ਜੀ ਇੱਕ ਵਾਰੀ ਜ਼ੋਰ ਦੀ ਤਾੜੀਆਂ ਮਾਰੀਆਂ ਔਰ ਸਾਡੇ ਜੀ ਭਾਜੀ ਉਹ ਕਹਿ ਗਏ ਆ ਉਹਦਾ ਮੈਂ ਸਭ ਕੁਝ ਨਾ ਸੁਣ ਲਵਾਂ ਹੁਣ ਬਾਬਾ ਜੀ ਸੁਪਾ ਲਈ ਦੁਬਾਰੀ ਆ ਕੇ ਸਾਡੇ ਜੀ ਕਿਤੇ ਕੰਮ ਆਇਆ ਸੰਤਪਾਲਨ ਤੋਂ ਮੈਂ ਜਾਣਦੇ ਨਾ ਆਪਣੇ ਜੀ ਸਰਦਾਰ ਨੂੰ ਜਿਹੜਾ ਇੱਕ ਮੋਮੈਂਟ ਹੈ ਜਿਹੜਾ ਉਹ ਬੋਲਦਾ ਹਮੇਸ਼ਾ ਹੀ ਸਿਗਿਆ ਸੀ ਕੰਮਾਂ ਵਾਸਤੇ ਸਾਡੇ ਸਪੋਰਟ ਕਰਨ ਵਾਲੇ ਕੰਮ ਤਾਂ ਕੰਮ ਹੋਇਆ ਹਮੇਸ਼ਾ ਹੀ ਉਹਨੇ ਕਿਹਾ ਕਿ ਸੇਵਾ ਕਰਦੀ ਹੈ ਅੱਜ ਬਹੁਤ ਹੀ ਆਮ ਪਸੰਦ ਨੂੰ ਚਾਹਤੋਂ ਨਾ ਬਾਕੀ ਆਪਣੇ ਪੰਜਾਬ ਦੀ ਧਰਤੀ ਨੂੰ ਪਾਣੀ ਅੰਮ੍ਰਿਤਸਰ ਜੀ ਹੋਵੇ ਪਾਣੀ ਮੋਗੇ ਜੀ ਹੋਵੇ ਪਾਣੀ ਜਿੱਥੋਂ ਵੀ ਆ ਕੇ ਸਾਨੂੰ ਦਾ ਹੌਸਲਾ ਦਿੰਦੇ ਹਨ ਸਭ ਤੇ ਅਸੀਂ ਰਿਣੀ ਹਾਂ ਤੁਸੀਂ ਸਾਡੇ ਸ਼ਹਿਰ 'ਚ ਆਏ ਹੋ ਅੱਗੇ ਆ ਅੱਗੇ ਇੱਥੇ ਆ ਸਰਕਾਰ ਤੁਹਾਡਾ ਮਾਨ ਸਾਡੇ ਸ਼ਹਿਰ ਚੱਲ ਕੇ ਕਿਉਂਕਿ ਸਾਡੀ ਜਲੰਧਰ ਦੀ ਧਰਤੀ ਵਿਸ਼ਿਆ ਮੁਮੀਆਂ ਦੀ ਧਰਤੀ ਹੈ ਠੀਕਾ ਪਤੰਗਾਂ ਦੀ ਧਰਤੀ ਹੈ ਇਸ ਕਰਕੇ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦਾ ਹੋਇਆ ਸਾਨੂੰ ਨੂੰ ਇੱਕ ਵਾਰੀ ਫਿਰ ਵਧਾਈ ਦਿੰਦਾ ਹੋਇਆ ਕਿਉਂਕਿ ਇਹ ਬਹੁਤ ਹੀ ਉਤਸ਼ਾਹਿਤ ਨੌਜਵਾਨ ਹਨ ਇਹਨਾਂ ਨੇ ਆਪਣੀ ਵਿਰਾਸਤ ਆਪਣੇ ਬੱਚੇ ਨੂੰ ਦਿੱਤੀ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੈ ਇੱਕ ਬੇਨਤੀ ਹੋਰ ਕਰਨੀ ਹੈ ਅੱਜ ਅਗਰ ਇੱਕ ਪੱਗ ਮਿਲਦੀ ਹੈ ਇੱਕ ਸਿਰ ਕਦੋਂ ਅੱਜ ਤੋਂ ਬਾਅਦ ਕੁਰਤੀ 'ਚ ਨਾ ਮਿਲਣਾ ਪੱਗ 'ਚ ਹੀ ਮਿਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੜ ਅੱਗੇ ਪਹੁੰਚ ਚੱਲ ਅੱਗੇ ਪਹੁੰਚ ਉਹ ਚੱਲੋ ਤੁਸੀਂ ਪਹੁੰਚ ਅੱਗੇ ਇੱਧਰ ਦੇਖੇ ਇੱਧਰ ਇੱਕ
ਰਾਜਕੁਮਾਰ ਜੀ, ਰਾਜਕੁਮਾਰ ਜਿਹੜੇ ਮੇਰੇ ਕਬੂਤਰਾਂ ਦੀ ਦੇਖਭਾਲ ਕਰਦੇ ਦੋ ਲੜਕੇ, ਉਹ ਦੋਨੇ ਕਿੱਥੇ ਦੂਸਰਾ ਕਿੱਥੇ ਆ? ਇਹਨਾਂ ਨੂੰ ਇੱਕ ਸਾਡੇ ਵੱਲੋਂ ਸਨਮਾਨ ਕੀਤਾ ਜਾਂਦਾ, ਰਾਜਕੁਮਾਰ ਜੀ ਜਿਹੜੇ ਮੇਰੇ ਕਬੂਤਰਾਂ ਦੀ ਦੇਖਭਾਲ ਕਰਦੇ। ਪਹਿਲਾਂ ਕਬੂਤਰ ਚੱਕਣ ਪਹਿਲਾਂ ਆ ਗਏ ਇੱਧਰ ਸਾਡੇ ਆਪਣੇ ਘਰ ਪਹੁੰਚਾਉਣ।